ਪੰਜਾਬ ਦੇ ਵਿੱਚ ਪੰਜਾਬੀ ਹੱਤ ਨੂੰ ਪਰਫੁੱਲਤ ਕਰਨ ਤੋਂ ਕੌਣ ਰੋਕ ਰਿਹਾ ਪੰਜਾਬ ਦੇ ਲੋਕਾਂ ਨਾਲ ਅਨਿਆਂ ਦੀ ਗੱਲ ਕਿਵੇਂ ਹੋ ਰਹੀ ਏ ਇਹ ਕੁਝ ਸਵਾਲ ਨੇ ਜਿਨ੍ਹਾਂ ਉੱਤੇ ਖਿਆਲ ਕਰਨਾ ਬਹੁਤ ਜ਼ਰੂਰੀ ਏ ਬੇਬਲ ਕਲਾ ਜਿੱਦਾਂ ਇਨਸਾਫ ਅਜੇ ਤੱਕ 8 ਸਾਲ ਤੋਂ ਨਹੀਂ ਮਿਲਿਆ ਕਮਿਨਸ ਆਫ ਮੋਰਚਾ ਉਹ ਵੀ ਇਨਸਾਫ ਦੀ ਮੰਗ ਕਰ ਰਿਹਾ ਹੈ ਸ਼ਾਂਤਮਈ ਢੰਗ ਨਾਲ ਮੰਗ ਕਰ ਰਿਹਾ ਤੇ ਇਹਦੇ ਵਿੱਚ ਜਿਹੜੀ ਗੱਲ ਹੈ ਉਹ ਪੁਲਿਸ ਤੇ ਰੋਲ ਦੀ ਆ ਜਾਂਦੀ ਹੈ ਤੇ ਜੇ ਪੁਲਿਸ ਮਲੀਸ਼ੀਅਸ ਪ੍ਰੋਸੀਕਿਊਸ਼ਨ ਦੇ ਵਿੱਚ ਜਿਹੜੇ ਇਨੋਸੈਂਟ ਸਿਟੀਜ਼ਨ ਨੇ ਉਹਨਾਂ ਦੇ ਵਾਸਤੇ ਕਾਰਵਾਈ ਕਰ ਜਾਵੇ ਤਾਂ ਇਹਦੇ ਵਿੱਚ ਪਹਿਲੇ ਮੈਂ ਤੁਹਾਨੂੰ ਇਹ ਦੱਸ ਦਿੰਨਾ ਵੀ ਕਿਹੜੀਆਂ ਕਿਹੜੀਆਂ ਮੱਧਾਂ ਤੇ ਸੱਧਾਂ ਆਉਂਦੀਆਂ ਇਹਦੇ ਵਿੱਚ ਇਹਦੇ ਵਿੱਚ ਸਭ ਤੋਂ ਪਹਿਲੀ ਚੀਜ਼ ਇਹ ਹੈ ਫਾਈਨੈਂਸ਼ੀਅਲ ਕਰਪਸ਼ਨ ਪ੍ਰੋਪਰਟੀ ਦੇ ਕਰਪਸ਼ਨ ਤੇ ਆਪਣੇ ਵੈਸਟਡ ਇੰਟਰਸਟ ਦੀ ਕਰਪਸ਼ਨ ਜਿਹਦੇ ਵਿੱਚ ਸਾਫ਼ ਤੇ ਸਪਸ਼ਟ ਤੌਰ ਤੇ ਇਹ ਆ ਜਾਂਦਾ ਹੈ ਵੀ ਇਹਨੇ ਪੈਸੇ ਦੇ ਦਿਓ ਨਹੀਂ ਤੇ ਛੁੱਟੇ ਕੇਸ ਵਿੱਚ ਪਾਥਾ ਦੇਾਂਗੇ ਇਹ ਗੱਲਾਂ ਹੁੰਦੀਆਂ ਇਹ ਗੱਲਾਂ ਕਦੋਂ ਕਿਵੇਂ ਚੱਲੀਆਂ ਇਹ ਗੱਲਾਂ 1984 ਬਲੂ ਸਟਾਰ ਆਪਰੇਸ਼ਨ ਤੋਂ ਬਾਅਦ ਜਦੋਂ ਪੰਜਾਬ ਦੇ ਵਿੱਚ ਮਿਲਿਟੈਂਸੀ ਆਈ ਤੇ ਪੰਜਾਬ ਦੇ ਕਿੰਨੇ ਅਫਸਰਾਂ ਨੇ ਇਹਦੇ ਵਿੱਚ ਰੰਗਦਾਰੀਆਂ ਲਈਆਂ ਤੇ ਕਿੰਨੇ ਅਫਸਰਾਂ ਨੇ ਇਹਦੇ ਵਿੱਚ ਕਿੰਨੀਆਂ ਜੈਦਦਾਂ ਵਿਦੇਸ਼ਾਂ ਵਿੱਚ ਬਣਾਈਆਂ ਅੱਜ ਤੱਕ ਸਰਕਾਰ ਨੇ ਇਸ ਗੱਲ ਦੇ ਉੱਤੇ ਕੋਈ ਸਾਰਵਜਨਕ ਤੌਰ ਤੇ ਅਧਿਕਾਰਕ ਬਿਆਨ ਨਹੀਂ ਦਿੱਤਾ ਇਹ ਚੀਜ਼ਾਂ ਉਦੋਂ ਸਾਹਮਣੇ ਆਈਆਂ ਜਦੋਂ ਪੰਜਾਬੀ ਬੱਚੇ ਭਾਵੇਂ ਉਹ ਹਿੰਦੂ ਸਨ ਤੇ ਭਾਵੇਂ ਉਹ ਸਿੱਖ ਸਨ ਖੂਨ ਦੋਹਾਂ ਦਾ ਸਾਂਝਾ ਡੁੱਲਿਆ ਤੇ ਉਸ ਦੇ ਵਿੱਚ ਕੌਣ-ਕੌਣ ਰੁਲਿਆ ਇਹ ਤੁਹਾਡੇ ਸਾਹਮਣੇ ਦੀ ਗੱਲ ਹੈ ਤੁਹਾਡੇ ਪਿਛੋਕੜ ਨੂੰ ਜੇ ਦੇਖਿਆ ਜਾਏ ਪੰਜਾਬ ਦੇ ਨੂੰ ਤੇ ਉਹਦੇ ਵਿੱਚੋਂ ਇਹ ਗੱਲ ਸਾਫ਼ ਤੇ ਉਗੜ ਕੇ ਸਾਹਮਣੇ ਆਉਂਦੀ ਹੈ ਕਿ ਕਿਸ ਤਰ੍ਹਾਂ ਪੁਲਿਸ ਨੇ ਇਮਾਨਦਾਰ ਬੱਚੇ ਇਨੋਸੈਂਟ ਬੱਚੇ ਨਿਰਦੋਸ਼ ਬੱਚੇ ਜਿਹੜੇ ਚੁੱਕ ਕੇ ਤੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਇਹਦੇ ਉੱਤੇ ਮਾਨਯੋਗ ਸੁਪਰੀਮ ਕੋਰਟ ਨੇ ਇਹ ਟਿੱਪਣੀਆਂ ਕੀਤੀਆਂ ਜਿਹੜੀਆਂ ਕਿ ਮੈਂ ਅੱਜ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਫਿਰ ਚੀਜ਼ ਇਹ ਹੈ ਕਿ ਪੁਲਿਸ ਕਿਸੇ ਪ੍ਰਾਈਵੇਟ ਪਾਰਟੀ ਦੇ ਬੰਦੇ ਦੇ ਹੱਥ ਦੇ ਵਿੱਚ ਖੇਡ ਕੇ ਜਿਹੜੀ ਹੁੰਦੀ ਏ ਬਿਜ਼ਨਸ ਰਿਵੈਲਰੀ ਜਾਂ ਕੋਈ ਪੈਸੇ ਦਾ ਲੈਣ ਦੇਣ ਹੁੰਦਾ ਉਹਦੇ ਵਿੱਚ ਕੋਰਟ ਦੀ ਪਾਵਰ ਜਿਹੜੀ ਹੈ ਅਜ਼ੂਮ ਕਰਕੇ ਬਹਿ ਜਾਂਦੀ ਏ ਤੇ ਫੈਸਲੇ ਕਰਾ ਦਿੰਦੀ ਏ ਤੇ ਜੇ ਪੁਲਿਸ ਨੇ ਫੈਸਲੇ ਕਰਾਣੇ ਸੀ ਤੇ ਇਹੀ ਫੈਸਲੇ ਜਿਹੜੇ ਸੀ ਖੜਕੂ ਸਿੰਘ ਕਰਾਉਂਦੇ ਸੀਗੇ ਤੇ ਉਹ ਬਿਨਾਂ ਪੈਸਿਆਂ ਦੇ ਕਰਾਉਂਦੇ ਸੀਗੇ ਤੇ ਫੇਰ ਉਹਨਾਂ ਨੂੰ ਇਹ ਕਿਹਾ ਜਾਂਦਾ ਸੀ ਕਿ ਇਹ ਦੇਸ਼ ਦੇ ਜਿਹੜੇ ਨੇ ਦੇਸ਼ ਧ్రోਹੀ ਨੇ ਤੇ ਜੇ ਉਹ ਦੇਸ਼ throi ਨੇ ਤੇ ਇਹ ਪੁਲਿਸ ਵਾਲੇ ਕਿਹੜੀ ਐਡੀ ਵੱਡੀ ਗੱਲ ਕਰ ਰਹੇ ਨੇ ਜਿਹਦੇ ਮੁਤਾਬਕ ਸਦਾਨ ਦੀ ਧਾਰਾ ਦੇ ਮੁਤਾਬਕ ਜਾਂ ਕਾਨੂੰਨ ਦੀ ਕਿਸੇ ਮੱਦ ਦੇ ਮੁਤਾਬਕ ਉਹ ਪ੍ਰਾਪਰਟੀ ਦੇ ਡਿਸਪਿਊਟ ਮਨੀ ਡਿਸਪਿਊਟ ਬਿਜ਼ਨਸ ਡਿਸਪਿਊਟਸ ਨੂੰ ਹੱਲ ਕਰ ਰਹੇ ਨੇ ਜਿਹਦਾ ਤੇ ਜਿਹਦਾ ਸਿਰਫ ਤੇ ਸਿਰਫ ਡੋਮੇਨ ਜਿਹੜਾ ਸਿਵਲ ਕੇਸ ਸਿਵਲ ਸੂਟ ਤੇ ਸਿਵਲ ਕੋਰਟ ਦਾ ਜਿਹੜਾ ਅਧਿਕਾਰ ਹੈ ਉਸ ਨੂੰ ਕਿਵੇਂ ਇਹ ਵੰਚਿਤ ਕਰ ਸਕਦੇ ਨੇ ਤੇ ਸਰਕਾਰਾਂ ਇਹਦੇ ਉੱਤੇ ਕਿਉਂ ਚੁੱਪ ਨੇ ਫਿਰ ਅੱਗੇ ਚੀਜ਼ ਆ ਜਾਂਦੀ ਏ ਪੋਲੀਟੀਕਲ ਲੱਬੀਜ਼ ਜਿਹੜੀਆਂ ਪਾਵਰਫੁੱਲ ਲੱਬੀਜ਼ ਪੋਲੀਟੀਕਲ ਪਾਰਟੀਆਂ ਇਨਫਲੂਐਂਸ਼ੀਅਲ ਆਰਗੇਨਾਈਜੇਸ਼ਨਸ ਅਸਰਦਾਰ ਸੁਖ ਵਾਲੇ ਕਹਿੰਦੇ ਘਾਉਂਦੇ ਲੋਗ ਤੇ ਜਿਨ੍ਹਾਂ ਨੂੰ ਅੰਗਰੇਜ਼ਾਂ ਦੇ ਵੇਲੇ ਵਿੱਚ ਰਾਏ ਸਾਹਿਬ ਜਾਂ ਰਾਏ ਭਾਦਰ ਕਿਹਾ ਜਾਂਦਾ ਸੀ ਵੀ ਉਹਨਾਂ ਦਾ ਸਰਕਾਰੀ ਦਰਬਾਰ ਇਹ ਸੁਣੀ ਜਾਂਦੀ ਹੈ ਗੱਲ ਦੇਸ਼ਾ ਦਾਦ ਹੋ ਗਿਆ ਲੇਕਿਨ ਸਰਕਾਰੀ ਦਰਬਾਰੇ ਗੱਲ ਸੁਣਾਉਣ ਵਾਲਿਆਂ ਦੀ ਕੋਈ ਕਮੀ ਨਹੀਂ ਰਹੀ ਇਹ ਲੋਕ ਆ ਜਾਂਦੇ ਆ ਫਿਰ ਕਈ ਵਾਰੀ ਕੀ ਹੁੰਦਾ ਕੁਝ ਐਸੇ ਹਥਾਪ-ਕਿਤਾਬ ਲੱਗ ਜਾਂਦੇ ਨੇ ਜਿਹਦੇ ਵਿੱਚ ਜਿਹੜੀ ਹੈ মিডিਆ ਤੋਂ ਵਾਵਾ ਘਟਨੀ ਹੁੰਦੀ ਹੈ ਨਾਮਨਾਹ ਘਟਨਾ ਹੁੰਦਾ ਹੈ ਤੇ ਉਸ ਤੋਂ ਬਾਅਦ ਕੀ ਹੈ ਭਾਵੇਂ ਆਪਣਾ ਪੱਠਾ ਨਾਲ ਬਹਿ ਜਾਵੇ ਜਿਵੇਂ ਕਈ ਪੁਲਿਸ ਅਧਿਕਾਰੀਆਂ ਨੂੰ ਮਾਣਯੋਗ ਸੁਪਰੀਮ ਕੋਰਟ ਨੇ ਕੇਸ ਖੋਲ ਕੇ ਕੈਦ ਕਰ ਦਿੱਤੀ ਤੇ ਉਹਨਾਂ ਨੂੰ ਨੌਕਰੀ ਜਾਂਦੀ ਰਹੀ ਤੇ ਇਹ ਇਹ ਜਿਹੜੀ ਹੈ ਗੱਲ ਮੀਡੀਆ ਦੇ ਵਿੱਚ ਤੇ ਪਬਲਿਕ ਦੇ ਵਿੱਚ ਜਿਹੜੀ ਝੂਠੀ ਬਾਬਾ ਬਾਬਾ ਖੱਟੀ ਸੀ ਜਾਂ ਗਵਰਨਮੈਂਟ ਤੋਂ ਕੋਈ ਰਿਕੋਗਨੀਸ਼ਨ ਲਈ ਸੀ ਜਿਵੇਂ ਅੱਜ ਮਿਲੇ ਨੇ ਕਈਆਂ ਨੂੰ ਉਪਰਲਸ ਮੈਡਲ ਮਿਨੇ ਨੇ ਰਾਸ਼ਟਰਪਤੀ ਮੈਡਲ ਮਿਨੇ ਨੇ ਸਨਮਾਨ ਹੋਇਆ ਹੋਣਾ ਚਾਹੀਦਾ ਹੈ ਜਿਹੜੇ ਇਮਾਨਦਾਰ ਸੱਜਣ ਨੇ ਤੇ ਜਿਨ੍ਹਾਂ ਨੇ ਇਮਾਨਦਾਰੀ ਨੂੰ ਛਿੱਕੇ ਟੰਗ ਕੇ ਇਹ ਇਨਾਮ ਲਏ ਨੇ ਉਹਨਾਂ ਤੇ ਕੀ ਕਾਰਵਾਈ ਕਰਨ ਲਈ ਸਰਕਾਰ ਨੇ ਕਾਨੂੰਨ ਬਣਾਇਆ ਅਜੇ ਤੱਕ ਕਿਸ ਨੂੰ ਕੋਈ ਪਤਾ ਨਹੀਂ ਭਗਵੰਤ ਮਾਨ ਜੀ ਥੋੜਾ ਜਿਹਾ ਇਧਰ ਵੀ ਧਿਆਨ ਕਰ ਲੀ ਗੋ ਫੇਰ ਚੀਜ਼ ਇਹ ਆ ਕੁਝ ਕਾਰਨ ਐਸੇ ਹੁੰਦੇ ਨੇ ਜਿਹੜੇ ਕਾਰਨ ਨਾ ਹੋ ਕੇ ਹਾਈ ਪ੍ਰੋਫਾਈਲ ਕੇਸ ਬਣ ਜਾਂਦੇ ਨੇ ਤੇ ਅ ਅੱਜ ਇੱਕ ਵੀਡੀਓ ਦੇਖਣੇ ਚ ਮਿਲੀ ਏ ਮੋਦੀ ਜੀ ਦੇ ਵਾਸਤੇ ਬੰਦੇ ਨੇ ਬੇਨਤੀ ਕੀਤੀ ਏ ਤਰਲੇ ਪਾਏ ਨੇ ਕਿ ਮੇਰਾ ਜੀ 50 ਕਰੋੜ ਰੁਪਇਆ ਜਿਹੜਾ ਤੁਹਾਡੇ ਡਿਜੀਟਲ ਮੀਡੀਆ ਨੇ ਮਾਫੀਏ ਨੇ ਤੁਹਾਡੇ ਹਿੰਦੁਸਤਾਨ ਦੇ ਲੋਕਾਂ ਨੇ ਲੁੱਟ ਲਿਆ ਤੇ ਜੇ ਮੈਂ ਹੁਣ ਪੁਲਿਸ ਕੋਲ ਜਾਣਾ ਤੇ ਉਹ 1 ਕਰੋੜ ਰੁਪਇਆ ਮੰਗਦੇ ਨੇ ਤੇ ਮੈਂ ਕਿੱਥੋਂ ਲਿਆਵਾਂ ਜਦੋਂ ਮੈਂ ਲੁਟਿਆਈ ਪੁੱਟਿਆ ਗਿਆ ਮਾਂ ਉਹ ਕਿੱਥੋਂ ਲਿਆਵਾਂ ਪੰਜਾਬੀ ਦੇ ਵਿੱਚ ਪੰਜਾਬੀ Hindu ਇਹ ਧਰਲੇ ਮਾਰ ਰਿਹਾ ਹੈ ਤੇ ਸਾਡੀ ਮਾਨ ਸਰਕਾਰ ਜੀ ਇਹਦੇ ਤੇ ਗੌਰ ਫਰਮਾਏ ਤੇ ਬਹੁਤ ਅੱਛੀ ਗੱਲ ਹੋਏਗੀ ਫੇਰ ਚੀਜ਼ੇ ਹੁੰਦੀ ਹੈ ਕਿ ਜਿਹੜਾ politcal power ਹੁੰਦਾ money power ਹੁੰਦਾ muscle power ਹੁੰਦਾ ਉਹਦੇ ਵਿੱਚ ਬੜਾ ਤਾਕਤ ਹੁੰਦੀ ਹੈ ਤੇ ਉਸ ਤਾਕਤ ਨੂੰ ਸੀਸਾ ਸੀਸਾ ਦੇਖਿਆ ਨਾ ਕਦੀ ਸੱਜੇ ਪਾਸੇ ਤੇ ਕਦੀ ਖੱਬੇ ਪਾਸੇ ਝੁੱਕ ਜਾਂਦਾ ਵੇਟ ਦੇ ਮੁਤਾਬਕ ਇਹ ਅਸੀਂ ਬੱਚੇ ਹੋ ਕੇ ਖੇਡਦੇ ਸੀ ਉਸ ਮੁਤਾਬਕ ਇਹ muscle power ਜਿਹੜੀ ਹੈ ਚਲਦੀ ਹੈ ਤੇ ਫੇਰ ਕੁਝ ਉਹ ਲੋਗ ਨੇ ਜਿਨ੍ਹਾਂ ਦੇ ਉੱਤੇ ਕੈਂਚੀ ਵਹਾਈ ਜਾਂਦੀ ਏ ਕਿਹੜੇ ਨੇ ਜਿਹੜੇ ਵਿਚਾਰੇ ਕਿਸੇ ਤਰ੍ਹਾਂ ਵੀ ਸਰਕਾਰੀ ਦਰਬਾਰੇ ਅਸਰ ਸੁਖ ਨਹੀਂ ਰੱਖਦੇ ਤੇ ਉਹਨਾਂ ਨੂੰ ਅਸੀਂ ਕੀ ਕਹਨੇ ਆ ਇਹਨਾਂ ਜਿਹੜੀ ਹੈ ਮਦਦ ਦੀ ਗੁਹਾਰ ਲਾਈ ਏ ਲੇਕਿਨ ਇਹਨਾਂ ਦੀ ਗੁਹਾਰ ਦੀ ਕੋਈ ਗੱਲ ਕਿਤੇ ਕਿਸੇ ਖਾਨੇ ਵਿੱਚ ਨਹੀਂ ਫਸੀ ਤੇ ਫੇਰ ਉਹਨਾਂ ਦੇ ਜਿਹੜੇ ਆ ਕਈ ਤਰ੍ਹਾਂ ਦੇ ਕੰਮ ਜਿਹੜੇ ਆ ਵਿਗੜ ਜਾਂਦੇ ਨੇ ਤੇ ਉਹ ਵਿਚਾਰੇ ਕਿਸ ਤਰ੍ਹਾਂ ਵਹਿ ਜਾਂਦੇ ਨੇ ਹਾਰ ਕੇ ਥੱਕ ਕੇ ਟੁੱਟ ਕੇ ਉਹ ਵਹਿ ਜਾਂਦੇ ਨੇ ਫਿਰ ਕੁਝ ਸੱਜਣ ਅੱਥੇ ਹੁੰਦੇ ਨੇ ਜਿਹੜੇ ਪੁਲਿਸ ਵਿੱਚ ਕੰਮ ਕਰਦੇ ਨੇ ਜਿਹੜੇ ਛੋਟੇ-ਛੋਟੇ ਸੂਚਨਾ ਕਰਤਾ ਹੁੰਦੇ ਨੇ ਉਹਨਾਂ ਦਾ ਰੋਕਾ اختیار ਕਰਦੇ ਨੇ ਤੇ ਝੂਠੇ ਸੱਚੇ ਕਾਰਨਾਮਿਆਂ ਦੇ ਵਿੱਚ ਕਾਰਵਾਈ ਪਾਉਂਦੇ ਨੇ ਅਗੋਂ ਨਾਲ ਜੋ ਇੱਕ ਲੁੱਟਕ ਸੁੱਟ ਹੁੰਦੀ ਏ ਜਿਹੜੀ ਹਾਈਵੇ ਤੇ ਹੁੰਦੀ ਏ ਹਿਉਨ ਸੰਗ ਸਾਰਿਆਂ ਨੇ ਪੜਿਆ ਹੋਣਾ ਸੁਣਿਆ ਹੋਣਾ ਦੇਖਿਆ ਹੋਣਾ ਵਿਚਾਰਿਆ ਹੋਣਾ ਉਹਨੇ ਇਹ ਗੱਲ ਕਹੀ ਸੀ ਚੀਨ ਦਾ ਯਾਤਰੀ ਸੀ ਜਿਹੜਾ ਪੈਦਲ ਭਰਤ ਹੋਇ ਚਾਇਲ ਸੀ ਔਰ ਉਹਨੇ ਇਹ ਕਿਹਾ ਸੀ ਇੱਥੇ ਦੇ ਹਾਈਵੇ ਜਿਹੜੇ ਨੇ ਸੁਰੱਖਿਅਤ ਨੇ ਤੇ ਅੱਜ ਉਹ ਹਾਈਵੇ ਸੁਰੱਖਿਅਤ ਨਹੀਂ ਉਹਨਾਂ ਦੇ ਉੱਤੇ ਲੁੱਟ ਖੁੱਟ ਤੇ ਆਪਣਾ ਕਈ ਤਰ੍ਹਾਂ ਦਾ ਜੱਜੀਆ ਲੈਂਨ ਮਾਫੀਆ ਕਾਫੀਆ ਕਈ ਖੁਸ਼ ਚੱਲਦਾ ਹੈ ਤੇ ਸਰਕਾਰ ਉਹ ਦਿੱਤੇ ਗਦਕਰੀ ਸਾਹਿਬ ਦੀ ਸਰਕਾਰ ਮੋਦੀ ਸਾਹਿਬ ਦੀ ਸਰਕਾਰ ਹਮੇਸ਼ਾ ਜੀ ਦੀ ਸਰਕਾਰ ਜੇ ਗੌਰ ਫਰਮਾਏ ਤਾਂ ਮੇਰਾ ਖਿਆਲ ਹੈ ਵਕੀ ਰਾਮ ਰਾਜ ਜਰੂਰ ਇਸ ਭਾਰਨ ਦੇ ਵਿੱਚ ਆਏ ਫਿਰ ਕਈ ਵਾਰ ਕੀ ਹੁੰਦਾ ਕਿ ਕੁਝ ਪੁਲਿਸ ਵਾਲੇ ਜਿਹੜੇ ਨੇ ਦੇਸ਼ ਦੇ ਕਿਸੇ ਸੈਕਸ਼ਨ ਕਿਸੇ ਖਿੱਤੇ ਵਿੱਚ ਬੈਠੇ ਨੇ ਉਹ ਆਪਣੇ ਲੋਕਾਂ ਦੀ ਮਦਦ ਕਰਨ ਦੇ ਖਾਤਰ ਕਈਆਂ ਨੂੰ ਝੂਠੇ ਕੇਸਾਂ ਵਿੱਚ ਪਾਥਾ ਦਿੰਦੇ ਨੇ ਤੇ ਕਈਆਂ ਤੋਂ ਉਗਰਾਈ ਕਰਦੇ ਨੇ ਪੈਸੇ ਢੇਲੇ ਦੀ ਇਸ ਤਰ੍ਹਾਂ ਦੀ ਵੀ ਕਾਰਵਾਈ ਹੁੰਦੀ ਜੇ ਤੇ ਫਿਰ ਇਸ ਤਰ੍ਹਾਂ ਦਾ ਵੀ ਕੰਮ ਹੋ ਜਾਂਦਾ ਜੇ ਕਿ ਤੁਹਾਨੂੰ ਕਿਸੇ ਨਾ ਕਿਸੇ 테러ਰਿਸਟ ਐਕਟੀਵਿਟੀ ਨਾਲ ਜੋੜ ਕੇ ਤੁਹਾਡੇ ਉੱਤੇ ਯੂਏਪੀਏ ਜਾਂ ਐਨਐਸਏ ਜਾਂ ਹੋਰ ਇਸ ਤਰ੍ਹਾਂ ਦੀਆਂ ਮਦੰਗਾਂ ਤਰ੍ਹਾਂਆਂ ਲਾਈਆਂ ਜਾਂਦੀਆਂ ਨੇ ਤੇ ਡਰ ਦਿੱਤਾ ਜਾਂਦਾ ਹੈ ਕਿ ਸਾਰੀ ਉਮਰ ਤੁਹਾਡੇ ਤੱਪੜ ਰੋਲ ਜਾਣਗੇ ਕੈਰੀਅਰ ਵਿਕ ਜਾਣਗੇ ਲੇਕਿਨ ਤੁਸੀਂ ਬਾਹਰ ਨਹੀਂ ਨਿਕਲ ਸਕੋਗੇ ਤੇ ਵਿਚਾਰੇ ਡਰਦੇ ਹੋਏ ਲੋਕ ਜਿਹੜੇ ਨੇ ਉਹ ਇਸ ਤਰ੍ਹਾਂ ਦੀ ਕਾਰਵਾਈ ਦੇ ਵਿੱਚ ਛਿਪ ਜਾਂਦੇ ਨੇ ਤੇ ਇਸ ਅੱਗੇ ਦਬਾਅ ਦੇ ਅੱਗੇ ਝੁਕ ਜਾਂਦੇ ਨੇ ਤੇ ਇਹਦੇ ਵਿੱਚ ਕਈ ਵਾਰੀ ਰੇਪ ਦਾ ਅਲੀਗੇਸ਼ਨ ਵੀ ਝੂਠਾ ਲਗਾ ਦਿੱਤਾ ਜਾਂਦਾ ਹੈ ਰੋਬਰੀ ਡਕੈਤੀ ਲੁੱਟਖੋਟ ਤਾਂ ਵੀ ਲਗਾ ਦਿੱਤਾ ਜਾਂਦਾ ਤੇ ਹੋਰ ਤੇ ਹੋਰ ਕਤਲ ਦਾ ਵੀ ਜਿਹੜਾ ਇਲਜ਼ਾਮ ਲਾ ਦਿੱਤਾ ਜਾਂਦਾ ਹੁਣ ਅੱਗੇ ਚੱਲ ਲਈਏ ਆਪਾਂ ਕਰ ਲਈਏ ਗੱਲ ਇਹ ਜਿਹੜੀਆਂ ਰੇਪ ਦੀ ਲੁੱਟਖੋਟ ਜਾਂ ਕਤਲ ਦੀ ਗੱਲ ਹੁੰਦੀ ਹੈ ਇਹ ਸਿਰਫ ਤੇ ਸਿਰਫ ਇਸ ਵਾਸਤੇ ਹੁੰਦੀ ਹੈ ਕਿ ਮੈਂ ਜਿਹੜੇ ਤੇਰੇ ਤੋਂ ਪੈਸੇ ਉਗਰਾਏ ਨੇ ਤੱਕੇ ਨਾ ਸੀਨਾ ਦੋਰੀ ਨਾਲ ਉਹਨਾਂ ਦੀ ਤੂੰ ਗੱਲ ਨਹੀਂ ਕਰਨੀ ਨਹੀਂ ਤੇ ਤੇਰੇ ਉੱਤੇ ਰੇਪ ਦਾ ਕੇਸ ਪਵਾ ਦੇਵਾਂਗੇ ਰੋਬਰੀ ਦਾ ਕੇਸ ਪਵਾ ਦੇਵਾਂਗੇ ਕਤਲ ਦਾ ਕੇਸ ਪਵਾ ਦੇਵਾਂਗੇ ਤੇ ਇਹਦੇ ਉੱਤੇ ਸਾਡੀਆਂ ਮਾਨਯੋਗ ਅਦਾਲਤਾਂ ਇਹਦਾ ਸੰ ਗਿਆਨ ਲੈਂਦੀਆਂ ਜੇ ਕੋਈ ਉੱਥੇ ਜਾਵੇ ਅੱਜ ਕਾਨੂੰਨ ਕੀ ਹੈ ਕਾਨੂੰਨ ਇਹ ਹੈ ਜਿਹਦੇ ਉੱਤੇ ਜ਼ਿਆਦਤੀ ਹੋ ਰਹੀ ਹੈ ਜੇ ਉਹ ਨਹੀਂ ਬੋਲ ਰਿਹਾ ਤਾਂ ਕਿਸੇ ਨੇ ਚਲਦੇ ਚਲਦੇ ਕਾਨੂੰਨ ਨੂੰ ਦੇਖਿਆ ਕਿ ਇੱਥੇ ਕਾਨੂੰਨ ਦਾ ਖਿਲਵਾੜ ਹੋ ਰਿਹਾ ਹੈ ਤਾਂ ਉਹਨੂੰ ਕਹਿੰਦੇ ਆ ਸਟ੍ਰੇਂਜਰਜ਼ ਐਪਲੀਕੇਸ਼ਨ ਅਜਨਬੀ ਜਿਹੜਾ ਉਹਦੇ ਵਿੱਚ ਉਹ ਦਰਖਾਸਤ ਦੇ ਕੇ ਮਾਂ ਜੋ ਕੋਰਟ ਨੂੰ ਜਿਹੜਾ ਕ੍ਰਿਮੀਨਲ ਲਾਏ ਉਹਨੂੰ ਗਤੀ ਵਿੱਚ ਲਿਆ ਸਕਦਾ ਫੇਰ ਕੀ ਹੁੰਦਾ ਅੱਗੇ ਤੁਹਾਡ ਨਾਲ ਇਹ ਹੁੰਦਾ ਹੈ ਕਿ ਇਨਕਰੀਸ ਦੀ ਪਾਵਰ ਇਨ देयर ਹੈਂਡ ਵਿਚ ਨੇਚਰਲੀ ਅਕਰੂ ਟੂ ਥੈਮ ਵਾਂਸ ਦੇ ਕ੍ਰੀਏਟ ਅ ਪੈਰੋਨੀਆ ਆਫ ਦੀ ਨੇਸ਼ਨ ਬੀਇੰਗ ਅੰਡਰ ਅਟੈਕ ਫਰਮ ਆਲ ਸੋਰਸ ਆਫ ਟੈਰਰਿਸਟ ਐਂਡ ਇਨਸਰਜੈਂਟਸ ਤੁਸੀਂ ਸਮਝ ਗਏ ਹੋਣੇ ਉਹ ਇਹ ਯੂਏਪੀਏ ਤੇ ਐਨਐਸਏ ਦਾ ਕਾਨੂੰਨ ਜਿਵੇਂ ਭਾਈ ਅਮਰਤਪਾਲ ਜੀ ਤੇ ਲਾਇਆ ਗਿਆ ਤੇ ਲੇਕਿਨ ਜਿਹੜੇ ਹੋਰ ਤੇ ਹੋਰ ਫਿਰਕਿਆਂ ਦੇ ਲੋਕ ਨੇ ਉਹਨਾਂ ਉੱਤੇ ਨਹੀਂ ਲੱਗਦਾ ਇਹ ਕਾਨੂੰਨ ਸਿਰਫ ਸਿੱਖਾਂ ਤੇ ਉੱਤੇ ਹੀ ਲੱਗਦਾ ਅੱਜ ਹੁਣ ਦੇਖੋ ਜਿਹੜੀ ਪ੍ਰੋਫੈਸ਼ਨਲ ਇਗਨੋਰੈਂਸ ਹੈ ਇਹ ਇੱਕ ਨਵਾਂ ਤੱਥ ਹੈ ਜਿਹਦੇ ਵਿੱਚ ਸੁਪਰਵਾਈਜ਼ਰੀ ਲੈਬਸ ਜਿਹੜੇ ਹੁੰਦੇ ਨੇ ਵੱਡੇ ਜਿਹੜੇ ਅਫਸਰ ਹੁੰਦੇ ਨੇ ਉਹਨਾਂ ਨੂੰ ਵੀ ਨਹੀਂ ਪਤਾ ਲੱਗਦਾ ਤੇ ਜਿਹੜੀਆਂ ਗਲਤੀਆਂ ਕੀਤੀਆਂ ਹੁੰਦੀਆਂ ਸਬੋਡੀਨੇਟ ਆਫਸਰਸ ਨੇ ਹੁਣ ਤੇ ਵੀ ਜਿਹੜੀ ਹੈ ਕੋਈ ਕਾਰਵਾਈ ਨਹੀਂ ਹੁੰਦੀ ਹੁਣ ਇਹ ਦੇਸ਼ ਜਿਹੜੇ ਐ ਤੁਸੀਂ ਸੀਰੀਅਸ ਕਨਸੀਕਵੈਂਸ ਕਿਸੇ ਦੇਸ਼ ਦੇ ਨਿਰਦੋਸ਼ ਨਾਗਰਿਕ ਨੂੰ ਫਸਾਣ ਦੇ ਕੀ ਨਿਕਲ ਸਕਦੇ ਨੇ ਇਹ ਬੜੇ ਭਿਆਨਕ ਤੇ ਬੜੇ ਜਿਹੜੇ ਨੇ ਜੀਬੋ ਗਰੀਬ ਗੱਲਾਂ ਆ ਰਹੀਆਂ ਨੇ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹਨਾ ਲੇਕਿਨ ਕਰਦਾ ਸ਼ਾਰਟਿਜ ਕਿਉਂਕਿ ਵੀਡੀਓ ਲੰਬੀ ਹੋ ਰਹੀ ਹੈ ਇਹਦੇ ਵਿੱਚ ਕੀ ਹੈ ਕਿ ਪੁਲਿਸ ਅਫਸਰ ਦੀ ਜਵਾਬਦੇਹੀ ਜਿਹੜੀ ਹੈ ਤੈ ਹੁੰਦੀ ਹੈ ਇਹਦੇ ਉੱਤੇ ਇੱਕ ਮੈਨੂਅਲ ਹੈ ਜਿਸ ਦੇ ਮੁਤਾਬਕ ਪੁਲਿਸ ਅਫਸਰ ਨੂੰ ਜਵਾਬਦੇਹੀ ਦੇਣੀ ਪੈਂਦੀ ਹੈ ਤੇ ਫੇਅਰਨੈਸ ਜਿਹੜੀ ਹੈ ਕਿਉਂਕਿ ਉਹਦੀ ਜਿਹੜੀ ਹੈ ਜੇ ਕੋਈ ਫੈਬ੍ਰਿਕੇਸ਼ਨ ਜਾਂ ਫਰੇਮ ਅਪ ਕੀਤਾ ਗਿਆ ਕੇਸ ਕੀਤਾ ਗਿਆ ਤਾਂ ਉਸ ਦੇ ਵਿੱਚ ਉਸ ਨੂੰ ਦੱਸਣਾ ਪਏਗਾ ਜਸਟੀਫਾਈ ਕਰਨਾ ਪਏਗਾ ਜਿਹੜੇ ਕਿਸੇ ਵੀ ਕਾਰਨ ਕਰਕੇ ਨਿਰਦੋਸ਼ ਲੋਕ ਜਿਹੜੇ ਨੇ ਇਸ ਜਦੋਜਹਿਦ ਦੇ ਵਿੱਚ ਫਸ ਗਏ ਪਿੱਛੇ ਗਏ ਰੁੜ ਗਏ ਰੁੱਲ ਗਏ ਉਹਨਾਂ ਦੇ ਉੱਤੇ ਜਿਹੜੀ ਹੈ ਜਿਹੜਾ ਪੁਲਿਸ ਅਫਸਰ ਸਬੰਧਤ ਹੈ ਕਾਰਵਾਈ ਹੋਏਗੀ ਉਹਦੇ ਤੇ ਇਹ ਮਾਨਯੋਗ ਸੁਪਰੀਮ ਕੋਰਟ ਕਹਿ ਰਹੀ ਹੈ ਮੈਂ ਨਹੀਂ ਕਹਿ ਰਿਹਾ ਫਿਰ ਹੋਰ ਤੇ ਹੋਰ ਨੌਕਰੀ ਜਾਂ ਸਕਦੀ ਏ ਜਿਨ੍ਹਾਂ ਨੇ ਬਿਜ਼ਨਸ ਡਿਸਟਰੋਏ ਕੀਤਾ ਹੈ ਜਾਂ ਕਿਸੇ ਪਰਿਵਾਰ ਦਾ ਤੱਥਿਆ ਨਾਸ਼ ਕਰ ਦਿੱਤਾ ਹੈ ਜਾਂ ਕਿਸੇ ਵਜ੍ਹਾ ਕਰਕੇ ਉਹਨਾਂ ਨੂੰ ਨਮੋਸ਼ੀ ਚਲਣੀ ਪਈਏ ਜਾਂ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਅਤਵਾਦੀਆਂ ਦੀ ਜਿਹੜੀ ਗਤੀਵਿਧੀ ਹੈ ਉਹਦੇ ਨਾਲ ਜੋੜ ਦਿੱਤਾ ਗਿਆ ਤੇ ਇਸ ਵਜ੍ਹਾ ਕਰਕੇ ਉਹਨਾਂ ਦੀ ਜਿਹੜੀ ਹੈ ਇਹ ਬੰਦੀ ਹੈ ਕਾਰਵਾਈ ਇਹਦੇ ਵਿੱਚ ਇੱਕ ਗੱਲ ਸਾਫ ਤੇ ਸਪਸ਼ਟ ਤੌਰ ਤੇ ਉਗੜ ਕੇ ਸਾਹਮਣੇ ਆ ਰਹੀ ਹੈ ਕਿ ਇੱਕ ਡੀਡੀਪੀ ਸਾਹਿਬ ਐਨਸੀ ਅਸਥਾਨਾ ਸਾਹਿਬ ਉਹ ਇਹਨੇ ਕੇਰਲਾ ਦੇ ਉਹਨਾਂ ਨੇ 46 ਕਿਤਾਬਾਂ ਲਿਖੀਆਂ ਨੇ ਲੀਡਰਸ਼ਿਪ ਫੇਲਰ ਇਨ ਦੀ ਪੁਲਿਸ ਐਂਡ ਖਾਕੀ ਮੇ ਇਹ ਦਰਿੰਦੇ ਐਨਲਾਈਜ਼ਡ ਦੀ ਇਲਸ ਡੈਟ ਪਲੇਗ ਪੁਲਿਸ ਇਹ ਚੀਜ਼ ਉਹਨਾਂ ਨੇ ਲਿਖੀ ਹੈ ਇਹ ਉਹਨਾਂ ਨੇ ਇਹ ਗੱਲ ਕਹੀ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਆਪਣੀਆਂ ਜਿਹੜੀਆਂ ਜੋ ਵੀ ਤੁਹਾਡੇ ਕੋਲ ਰੁਝਾਨ ਰਜੂ ਤੇਰੇ ਜਿਵੇਂ ਨੇ ਉਹਨਾਂ ਨੂੰ ਤੁਸੀਂ ਬਿਲਕੁਲ ਨਾ ਛੱਡੋ ਨਹੀਂ ਤੇ ਨਰਕ ਦੇ ਜਿਹੜੇ ਦਰਵਾਜ਼ੇ ਨੇ ਤੁਸੀਂ ਆਪ ਹੀ ਉਹਨਾਂ ਉੱਤੇ ਖਲੋਤੇ ਹੋ ਤੇ ਸਵਰਗ ਦੇ ਦਰਵਾਜ਼ੇ ਮਲ ਤੁਹਾਨੂੰ ਕੌਮ ਲਜਾਏਗਾ ਗੱਲਾਂ ਇਨੀਆਂ ਖੁਤੇ ਨਾਲ ਕਰਦਾਂ ਸਤਿ ਅਕਾਲ ਐਡਵੋਕੇਟ ਜਗਮਉਂ ਸਿੰਘ ਪੱਟੀ ਦੀ ਇਹ ਪੇਸ਼ਕਸ਼ ਵੱਤ ਤੋਂ ਵੱਤ ਆਮ ਸਮੂਹ ਜਨਤਾ ਦੇ ਵਿੱਚ ਪਹੁੰਚਾ ਦੇਣਾ ਪੁੱਲ ਸਫਤਰਮ ਵਿੱਚ ਪਹੁੰਚਾ ਦੇਣਾ ਜਿਹੜੇ ਇਮਾਨਦਾਰ ਅਫਸਰ ਬੈਠੇ ਨੇ ਉਹਨਾਂ ਨੂੰ ਵੀ ਖਿਆਲ ਦੇ ਵਿੱਚ ਲਿਆ ਦੇਣਾ ਕਿ ਇਸ ਦੇਸ਼ ਵਿੱਚ ਬਹੁਤ ਕੁਝ ਹੋ ਰਿਹਾ ਹੈ ਅਗਰ ਜੇ ਇਹ ਕਿਹਾ ਜਾਏ ਇਸ ਹਮਾਮ ਵਿੱਚ ਸਾਰੇ ਨੰਗੇ ਤੇ ਕੋਈ ਨਾ ਕੋਈ ਕੰਮ ਕਰਨਗੇ ਚੰਗੇ ਗੱਲਾਂ ਇੰਨੀਆਂ ਕੁ ਦੇ ਨਾਲ ਸਤਿ ਸ੍ਰੀ ਅਕਾਲ ਕਰਦਾ ਐਡਵੋਕੇਟ ਜਗਮਨ ਸਿੰਘ ਪੱਟੀ YouTube ਚੈਨਲ ਦੀ ਇਸ ਸਪੀਸ਼ਕਸ਼ ਨੂੰ ਫੀਡ ਫੀਡਬੈਕ ਲੈ ਕੇ ਦੱਸਣਾ ਜਿਨ੍ਹਾਂ ਨੇ ਪਹਿਲੀ ਵਾਰ ਦੇਖੀ ਏ ਉਹ ਵੀ ਇਸ ਦੇ ਉੱਤੇ ਇਹ ਜਾਣਨਾ ਪਾਣ ਸਾਂਝੀਆਂ ਕਰਨ ਗੱਲਾਂ ਤਾਂ ਕਿ ਤੁਹਾਡੇ ਵਿਚਾਰਾਂ ਨੂੰ ਅੱਗੇ ਲਿਜਾਇਆ ਜਾ ਸਕੇ ਤੇ ਜਿਹੜੇ ਪੁਲਿਸ ਅਫਸਰੇ ਮੰਨਦਹਰ ਨੇ ਉਹਨਾਂ ਦੀ ਇਮਾਨਦਾਰੀ ਨੂੰ ਬਚਾਇਆ ਜਾ ਸਕੇ ਬਚਾਇਆ ਜਾ ਸਕੇ